ਜੀ ਕਿੱਦਾਂ ਜੀ? ਅੱਜ ਆਪਾਂ ਚੱਲੇ ਆ ਜੀ ਬੱਬੂ ਮਾਨ ਦਾ ਸ਼ੋਅ ਦੇਖਣ ਮਠੱਡੇ। ਆ ਸਾਡੇ ਨikhil ਵੀਰ ਜੀ ਨਾਲ ਸਾਡੇ ਜਾ ਰਹੇ ਆ ਤੇ ਗੋਪੀ ਭਰਾ। ਸਤਿ ਸ੍ਰੀ ਅਕਾਲ ਜੀ, ਇੱਧਰ ਰੱਖੋ ਜੀ। ਹੋਰ ਸੁਣਾਓ ਗੋਪੀ ਜੀ, ਕੀ ਹਾਲ ਚਾਲ? ਰੈਡੀਆਂ ਹੈ ਮਿੱਤਰੋ, ਚਲੀਏ ਵੇ। ਮਫਲਰ ਚਾਹੀਦਾ, ਮਫਲਰ ਲਓ ਵੀ ਕਹਿੰਦੇ ਮੁੰਡੇ, ਕਹਿੰਦੇ ਮਫਲਰ ਚਾਹੀਦਾ। ਆਜੋ ਦਿਖਾਈਏ ਇਹਨਾਂ ਨੂੰ ਮਫਲਰ। ਲਓ ਵੀ ਕਹਿੰਦੇ ਮਫਲਰ ਕੱਢ ਲਏ ਆ। ਗੋਪੀ ਵੀਰ ਜੀ ਪਸੰਦ ਕਰਦੇ, ਕਹਿੰਦੇ ਕਿਹੜਾ ਪਾਉਣਾ? ਆ ਨikhil ਨੇ ਤਾਂ ਪਸੰਦ ਕਰ ਲਿਆ ਜੀ, ਕਹਿੰਦੇ ਆਹ ਹੀ ਪਾਉਣਾ ਅੱਜ ਤਾਂ। ਚੋਬਰ ਕਹਿੰਦੇ ਅੱਜ ਬੱਬੂ ਮਾਨ ਨੂੰ ਦੇਖਣ ਆਉਣਾ ਤੇ ਮਫਲਰ ਵੱਖਰੇ ਵੱਖਰੇ ਲੈ ਕੇ ਜਾਣੇ ਆ। ਕੱਲ ਆਵੇ ਗੋਪੀ, ਪਸੰਦ ਕਿਹੜੇ ਲੈਣੇ ਆ? ਮੈਂ ਵੀ ਚੋਬਰ ਹੋ ਗਿਆ ਰੈਡੀ। ਚਲੀਏ ਫਿਰ ਚੋਬਰੋ, ਰੈਡੀ ਹੋ? ਚਲੀਏ, ਉਹ ਆਜੋ ਹੁਣ। ਆਜੋ ਵੇ ਮਿੱਤਰੋ, ਕਹਿੰਦੇ ਮੁੰਡੇ ਹੋ ਗਏ ਚੋਬਰ ਰੈਡੀ। ਚੰਦੂ ਭਰਾ ਹਟਾ ਰਿਹਾ ਆ। ਚੰਦੂ ਕਿੱਥੇ ਆ? ਨਹਿਰ ਤੇ ਆ, ਲਈ ਮੱਛੀਆਂ ਫੜਦਾ ਆ। ਪਹੁੰਚਣ ਲੱਗਾ ਸਾਨੂੰ, ਉਹਨਾਂ ਬਣਾਉਂਦੇ ਆ ਸਾਡੇ। ਕਹਿੰਦੇ ਆ ਗਏ ਚੰਦੂ ਵੀਰ ਜੀ ਸਾਡੇ। ਲੈ ਬਈ, ਇਹਨੂੰ ਹੁਣ ਜਗ੍ਹਾ ਹੀ ਲੱਭਣੀ, ਕਿੱਥੇ ਲਾਉਣੀ ਆ। ਐਕਟੀਵਾ ਵਾਲੇ ਆ ਗਏ, ਐਕਟੀਵਾ ਵਾਲੇ। ਹਾਂਜੀ ਚੰਦੂ ਭਰਾ, ਕੀ ਹਾਲ ਚਾਲ? ਬਹੁਤ ਬਹੁਤ ਕਹਿੰਦੇ ਪਹੁੰਚ ਗਏ ਆ ਆਪਾਂ, ਬਹੁਤ ਅੱਛਾ ਜੀ। 4 ਵਜੇ ਪਹੁੰਚ ਗਏ, 4 ਵਜੇ ਪਹੁੰਚ ਗਏ ਪਹਿਲਾਂ ਹੀ ਚੋਬਰ। ਕਹਿੰਦੇ ਜਗ੍ਹਾ ਨਹੀਂ ਮਿਲਦੀ ਮੁੜ ਕੇ। ਉਹੀ ਕਹਿੰਦੇ ਇਕੱਠ ਬਾਹਲਾ ਹੀ ਹੋਇਆ ਆ। ਟੀਮਾਂ ਰੈਡੀ ਹੋ ਰਹੀਆਂ, ਲਾਸਟ ਫਾਈਨਲ ਮੈਚ ਚੱਲਣ ਲੱਗਾ ਜੀ। ਧੰਨਵਾਦ ਸਾਰੇ ਵੀਰਾਂ ਦਾ ਜਿਹੜਾ ਸਾਡਾ ਮੌਕਾ ਬਖਸ਼ਿਆ। ਧੰਨਵਾਦ ਜਿਹੜਾ ਮਠੱਡੇ ਵਾਲੇ ਦਾ ਜਿਹੜਾ ਬੁਲਾਇਆ, ਜ਼ੋਰਦਾਰ ਤਾੜੀ ਇਹਨਾਂ ਵੀਰਾਂ ਦੀ। ਕਈ ਸ਼ੁਰੂ ਜੋ ਬਰਵਾਤੋ
ਖੱਚਰਾਂ ਦੀ ਮੰਡੀ ਵਿੱਚ ਮਿੱਤਰੋ ਕੰਮ ਕੀ ਨੁਕਰੇ ਦਾ ਮੰਨਦੇ ਹੋ ਇਹਦਾ ਜੜ ਦਾ ਮੁਕਾਬਲਾ ਉਂਝ ਮੇਰੇ ਹੱਥ ਦੀਆਂ ਲੈਣਾਂ ਵੀ ਇਹ ਲੰਮੀਆਂ ਹੋ ਰੇਲ ਦੀਆਂ ਲੈਣਾਂ ਵਾਂਗੂ ਸਾਰੀਆਂ ਲਕਮੀਆਂ चलिए